ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਬਲਕੌਰ ਸਿੰਘ ਸਿੱਧੂ ਆਪਣੀ ਹਵੇਲੀ ਆਏ ਪਿੰਡ ਵਾਲਿਆਂ ਨੂੰ ਇੱਕ ਰਿਕੁਐਸਟ ਕਰਨ ਡਏ ਹੈ ਕਿ ਜਿਸ ਤਰ੍ਹਾਂ ਵੱਡੇ ਮੂਸੇ ਵਾਲੇ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਗਿਆ, ਅਤੇ ਵੀਰੋ ਛੋਟੇ ਜਿਹੜਾ ਸਿੱਧੂ ਹੈ ਉਹਦੀ ਵੀ ਜ਼ਿੰਦਗੀ ਨੂੰ ਖਤਰਾ ਹੈ। ਇਸ ਕਰਕੇ ਪੂਰੇ ਪਿੰਡ ਵਾਲੇ ਹਰ ਬੰਦੇ ਉੱਤੇ ਨਜ਼ਰ ਰੱਖਣ ਕਿ ਕੋਈ ਕਿਤੇ ਛੋਟੇ ਸਾਡੇ ਸਿੱਧੂ ਨੂੰ ਨੁਕਸਾਨ ਨਾ ਪਹੁੰਚਾ ਦੇ। ਹੋਰ ਬਲਕੌਰ ਸਿੰਘ ਸਿੱਧੂ ਨੇ ਪਿੰਡ ਵਾਲਿਆਂ ਅੱਗੇ ਕੀ ਅਰਦਾਸਾਂ ਕੀਤੀਆਂ ਵੈ, ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ। ਸੋ ਚੱਲ ਕੇ ਵੀਡੀਓ ਦੇਖਦੇ ਹਾਂ। ਔਰ ਆਪਣੇ 'ਚ ਦੁਬਾਰੇ ਕੋਈ ਕੇਕੜਾ ਪੈਦਾ ਨਾ ਹੋਵੇ, ਤੁਸੀਂ ਅਲਰਟ ਰਹਿਣਾ ਇਸ ਗੱਲ 'ਤੇ। ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ, ਹਰ ਇੱਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ, ਭਾਈ ਜੇ ਤੂੰ ਮੈਨੂੰ ਮਿਲਣ ਆਇਆ, ਮੇਰਾ ਭਾਣਜਾ ਮੇਰਾ ਭਤੀਜਾ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ। ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ। ਬਿਲਕੁਲ। ਸਿੱਧੂ ਮੂਸੇਵਾਲ ਦੇ ਪਿਤਾ ਅਚਾਨਕ ਆਏ ਸਾਹਮਣੇ, ਮੂਸੇ ਪਿੰਡ ਦੇ ਲੋਕਾਂ ਨੂੰ ਕੀਤੀ ਵੱਡੀ ਅਪੀਲ, ਹੋ ਗਿਆ ਭਾਰੀ ਇਕੱਠ, ਬਾਪੂ ਜੀ ਨੇ ਦਿੱਤਾ ਵੱਡਾ ਬਿਆਨ। ਆਖਿਰ ਕੀ ਹੈ ਪੂਰਾ ਮਾਮਲਾ, ਜਾਣਦੇ ਹਾਂ ਇਸ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਛੋਟਾ ਸਿੱਧੂ ਦੁਨੀਆ ਤੇ ਆ ਚੁੱਕਿਆ ਹੈ, ਪੂਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਉੱਥੇ ਹੀ ਦੂਸਰੇ ਪਾਸੇ ਅੱਜ ਮੂਸੇ ਪਿੰਡ ਦੇ ਗੁਰੂ ਘਰ ਵਿੱਚ ਨਿੰਮ ਬੰਨੇ ਗਏ, ਖੁਸ਼ੀਆਂ ਮਨਾਈਆਂ ਗਈਆਂ, ਭੰਗੜੇ ਵੀ ਪਏ ਪਿੰਡ ਦੇ ਵਿੱਚ। ਕਈ ਦਿਨਾਂ ਤੋਂ ਲਗਾਤਾਰ ਪ੍ਰੋਗਰਾਮ ਚੱਲ ਰਹੇ ਨੇ, ਨਿੰਮ ਬੰਨੇ ਜਾ ਰਹੇ ਨੇ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਮਨਾਈਆਂ ਵੀ ਕਿਉਂ ਨਾ ਜਾਣ, ਕਈ ਸਾਲ ਬਾਪੂ ਹੋਰਾਂ ਨੇ ਦਰਦ ਹੰਢਾ ਲਿਆ, ਤਕਰੀਬਨ 2 ਸਾਲ ਹੋ ਗਏ ਦਰਦ ਦੇ ਵਿੱਚ ਹੀ ਰਹੇ ਨੇ, ਪਰ ਹੁਣ ਥੋੜੀ ਰਾਹਤ ਮਿਲੀ ਹੈ। ਇਸੇ ਕਰਕੇ ਲੋਕਾਂ ਨੂੰ ਵੀ ਰਾਹਤ ਆਈ ਹੈ, ਕਿਉਂਕਿ ਉਹ ਜਦੋਂ ਬਾਪੂ ਜੀ ਮਾਤਾ ਜੀ ਦੇ ਹੰਝੂ ਦੇਖਦੇ ਸੀ ਤਾਂ ਸਾਰੇ ਇਹੀ ਸੋਚਦੇ ਸੀ ਕਿ ਹੁਣ ਇਹਨਾਂ ਦਾ ਕੀ ਬਣੂਗਾ, ਬਾਪੂ ਜੀ ਤੇ ਬੇਬੇ ਜੀ ਦਾ ਅੱਗੇ ਕੀ ਹੋਵੇਗਾ, ਪਰ ਹੁਣ ਇਹਨਾਂ ਨੂੰ ਜੀਣ ਦਾ ਸਹਾਰਾ ਮਿਲ ਗਿਆ। ਕਹਿੰਦੇ ਨੇ ਕਿ ਗਏ ਹੋਏ ਵਾਪਸ ਨਹੀਂ ਆਉਂਦੇ, ਪਰ ਰੱਬ ਨੇ ਇੱਕ ਵਾਰ ਫੇਰ ਤੋਂ ਵਾਪਸ ਭੇਜ ਦਿੱਤਾ ਹੈ ਛੋਟਾ ਸਿੱਧੂ ਮੂਸੇਵਾਲਾ। ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰੀ। ਬਾਪੂ ਬਲਕੌਰ ਸਿੰਘ ਨੇ ਇੱਥੇ ਕੇਕੜੇ ਨੂੰ ਵੀ ਯਾਦ ਕਰਿਆ, ਉਹੀ ਕੇਕੜਾ ਜਿਹਨੇ ਕਿ ਬਾਈ ਸਿੱਧੂ ਮੂਸੇਵਾਲ ਦਾ ਟਾਈਮ ਚੁਕਾਇਆ ਸੀ, ਕਿਉਂਕਿ ਬਾਈ ਸਿੱਧੂ ਮੂਸੇਵਾਲਾ ਭੋਲਾ ਸੀ ਅਤੇ ਹਰੇਕ ਤੇ ਯਕੀਨ ਕਰ ਬੈਠਦਾ ਸੀ ਅਤੇ ਕਿਸੇ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਤਾਂ ਉਹ ਬੰਦਾ ਦੇਖਦਾ ਹੀ ਨਹੀਂ ਸੀ। ਕੇਕੜੇ ਨੇ ਫੋਟੋ ਖਿਚਾਈ, ਉਸ ਤੋਂ ਬਾਅਦ ਟਾਈਮ ਚੁਕਾ ਦਿੱਤਾ ਸਿੱਧੂ ਮੂਸੇਵਾਲ ਦਾ, ਅਤੇ ਕੇਕੜਾ ਕਹਿੰਦੇ ਨੇ ਮੂਸੇ ਪਿੰਡ ਦੇ ਵਿੱਚ ਰਿਸ਼ਤੇਦਾਰੀ ਵੀ ਰੱਖਦਾ ਸੀ। ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਹੁਣ ਲੋਕਾਂ ਨੂੰ ਕਿਹਾ ਕਿ ਹੁਣ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਹੁਣ ਆਪਾਂ ਨੇ ਕੋਈ ਹੋਰ ਕੇਕੜਾ ਪੈਦਾ ਨਹੀਂ ਹੋਣ ਦੇਣਾ। ਅਗਰ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਮਿਲਣ ਵਾਲਾ ਹੈ, ਤੁਹਾਨੂੰ ਉਸ ਦੇ ਉੱਪਰ ਸ਼ੱਕ ਹੈ ਤਾਂ ਸਾਨੂੰ ਜ਼ਰੂਰ ਦੱਸੋ, ਯਾਨੀ ਕਿ ਸਾਨੂੰ ਵੀ ਸਾਵਧਾਨ ਕਰ ਦਿਓ ਇਸ ਚੀਜ਼ ਤੋਂ ਕਿ ਸਾਨੂੰ ਇਸ ਬੰਦੇ ਦੇ ਉੱਪਰ ਸ਼ੱਕ ਹੈ। ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਚਾਹੇ ਬਹੁਤ ਮੁਸ਼ਕਲਾਂ ਨੇ ਪਰ ਅਸੀਂ ਫੇਰ ਵੀ ਆਪਣੇ ਲੋਕਾਂ ਨਾਲ ਮਿਲਣਾ ਨਹੀਂ ਛੱਡ ਸਕਦੇ। ਇਸ ਮੌਕੇ ਦੋਸਤੋ ਪਿੰਡ ਦੇ ਲੋਕ ਵੀ ਭਾਵੁਕ ਹੋ ਗਏ ਅਤੇ ਬਾਪੂ ਜੀ ਨੇ ਕਾਫੀ ਗੱਲਾਂ ਕੀਤੀਆਂ ਲੋਕਾਂ ਨਾਲ। ਪਹਿਲਾਂ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਗੱਲਬਾਤ ਕਰੀ ਹੈ ਲੋਕਾਂ ਨਾਲ। ਖਾਸ ਕਰਕੇ ਮੇਰੇ ਵਿਹੜੇ ਵਾਲੇ ਭੈਣ ਭਰਾ ਸਾਰੇ ਤੁਸੀਂ ਅੱਜ ਇਕੱਠੇ ਹੋਏ ਹੋ, ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ। ਮੇਰੇ ਕੋਲ ਸ਼ਬਦ ਵੀ ਨਹੀਂ ਹੈ ਸ਼ਾਇਦ, ਕਿਉਂਕਿ ਮੈਨੂੰ ਤਾਂ ਪਹਿਲੀ ਯਕੀਨ ਸੀ, ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪੜਿਆ, ਮੇਰੀ ਤਾਂ ਸੁਰਤੀ ਤੁਹਾਡੇ ਘਰਾਂ 'ਚ ਸਿੰਧਰੀ ਹੈ। ਇੱਥੇ ਵਜ਼ੀਰੇ ਵਰਗੇ ਫਿਰਦੇ ਹੋ ਕਿ ਸਾਡੇ ਕੋਲ ਕੋਈ ਪੁਰਾਣੇ ਕੱਪੜੇ ਕਿਹੜੇ ਜੁੱਤੀ ਹੁੰਦੀ ਹੋ ਦੋਨੇ ਭਰਾਵਾਂ ਕੋਲ, ਯਾਨੀ ਮੇਰਾ ਜੀਵਨ ਪੱਧਰ ਤਾਂ ਤੁਹਾਡੇ ਨਾਲ ਤੁਹਾਡੇ ਗੁਜ਼ਰਿਆ ਹੁੰਦਾ। ਠੀਕ ਹੈ, ਸਿੱਧੂ ਆਉਣ ਤੋਂ ਮਗਰੋਂ ਕੁਛ ਪਰਿਵਾਰ ਦੇ ਰੁਝੇਵੇਂ ਬਦਲੇ, ਕੰਮ ਬਦਲੇ, ਥੋੜ੍ਹੀ ਹੋਰ ਦੁਨੀਆ ਦੇ ਵਿੱਚ ਗਏ, ਪਰੰਤੂ ਉਹ ਆਪਾਂ ਨੂੰ ਰਾਸ ਨਹੀਂ। ਮੈਂ ਤੁਹਾਡੇ ਨਾਲ 2-3 ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਭੋਲੇ ਹੋ, ਕਿਉਂਕਿ ਆਪਣਾ ਆਪਣੇ ਮਨ 'ਚ ਉਹਨੀਆਂ ਬੇਈਮਾਨੀਆਂ ਨਹੀਂ ਹੁੰਦੀਆਂ ਜਿਹੜੀਆਂ ਵੱਡੇ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ, ਤਾਂ ਤੁਸੀਂ ਅੰਦਾਜ਼ਾ ਸਹੀ 'ਤੇ ਲਾ ਲਿਓ
ਕਿਸੇ ਬੱਚੇ ਦੇ ਜਨਮ ਦੇ ਉੱਤੇ ਜੇਕਰ ਇੰਨੀ ਕਿਸੇ ਨੂੰ ਤਕਲੀਫ਼ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ। ਜਦੋਂ ਦਾ ਮੁਲਕ ਆਜ਼ਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ, ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਹੈ, ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਨਹੀਂ ਹੈ ਬਿਲਕੁਲ। ਅਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ, ਕੋਈ ਜੀਵਨ ਧੜਕਦਾ ਦੁਬਾਰਾ, ਉਹਦੇ ਵੀ ਕਿੰਤੂ ਪਰੰਤੂ ਹੁੰਦਾ ਤਾਂ ਉਹ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਗੱਲ, ਜਦਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਵਾਇਆ ਵੀ ਅਸੀਂ ਕਿਤੇ ਵੀ ਗਲਤ ਨਹੀਂ ਹੈ, ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਿਕਾਰ ਕਰਦੇ ਹੋਏ ਸਾਰਾ ਪ੍ਰੋਸੈਸ ਸਿਰੇ ਲਾਇਆ, ਔਰ ਅਸੀਂ ਬੜੇ ਚਿਰ ਸਮਾਵਲੇ ਦੇ ਵਿੱਚ ਲੱਗੇ ਹੋਏ ਸੀ, ਪਰੰਤੂ ਫਿਰ ਵੀ ਤੁਹਾਡੇ ਨਾਲ ਮੈਂ ਇਹ ਗੱਲ ਕਿਉਂ ਸ਼ੇਅਰ ਕਰ ਰਿਹਾ, ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ, ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕ ਹਾਂ, ਔਰ ਆਪਣੇ 'ਚ ਦੁਬਾਰੇ ਕੋਈ ਕੇਕੜਾ ਪੈਦਾ ਨਾ ਹੋਵੇ, ਬਿਲਕੁਲ ਤੁਸੀਂ ਅਲਰਟ ਰਹਿਣਾ ਇਸ ਗੱਲ 'ਤੇ। ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ, ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ, ਭਾਈ ਜੇ ਤੂੰ ਮੈਨੂੰ ਮਿਲਣ ਆਇਆ, ਮੇਰਾ ਭਾਣਜਾ ਮੇਰਾ ਭਤੀਜਾ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ। ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ, ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ, ਕਿਉਂਕਿ ਤੁਹਾਡੇ 'ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ, ਤੁਸੀਂ ਮੇਰੇ ਭੈਣ ਭਾਈ ਹੋ ਮੇਰੇ, ਤੁਸੀਂ ਆਪਣੇ ਹੋ, ਔਰ ਤੁਹਾਡੀ ਵਾੜ ਕੋਈ ਹੋਰ ਲੈ ਜੇ, ਇਸ ਗੱਲ 'ਤੇ ਤੁਸੀਂ ਹਮੇਸ਼ਾ ਧਿਆਨ ਦੇਣਾ। ਆਪਾਂ ਪਹਿਲਾਂ ਬਹੁਤ ਵੱਡਾ ਨੁਕਸਾਨ ਕੀਤਾ ਇਸ ਗੱਲ ਦੇ ਵਿੱਚ, ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ 'ਤੇ ਕਿਤੇ ਸਫ਼ਰ ਕਰਦੇ ਹੋ, ਕਿਤੇ ਵੀ ਤੁਹਾਨੂੰ ਭਿਣਕ ਲੱਗਦੀ ਹੈ, ਅਕਾਲ ਪੁਰਖ ਦੇ ਨਾਲ ਹੈ, ਸੰਭਾਲਣ ਵਾਲੇ ਤੁਸੀਂ, ਉਹ ਤੁਹਾਡਾ ਬੱਚਾ ਹੈ, ਸਾਡੀਆਂ ਵੀ ਮਰਿਆਦਾ ਸਾਲਾਂ ਨਹੀਂ ਹੈ, ਕਿਉਂਕਿ ਆਖਰ ਨੂੰ ਏਜ ਦਾ ਕੋਈ ਨਾ ਕੋਈ ਪੜਾਅ ਹੁੰਦਾ, ਪਰੰਤੂ ਆਹ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜ੍ਹੇ ਆਏ, ਭੈਣ ਭਾਈ, ਇਹਨਾਂ ਨੇ ਕਾਫ਼ੀ ਲੰਬੀ ਜ਼ਿੰਦਗੀ ਇਸ ਨਗਰ ਦੇ ਵਿੱਚ ਗੁਜ਼ਾਰਨੀ ਹੈ, ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਹਾਂ, ਚਾਹੇ ਤੁਹਾਡੇ ਅੱਜ ਦੇ ਪ੍ਰੋਗਰਾਮ ਤੋਂ ਉਹਨਾਂ ਬੁਲਾਰੇ ਜਿਹੜੇ ਕੁਛ ਆ ਫੇਸਬੁੱਕ ਦੇ ਉੱਤੇ ਸਾਡੇ 'ਚ ਨਫ਼ਰਤ ਫੈਲਾਉਣ ਵਾਲੀਆਂ ਆਵਾਜ਼ਾਂ ਵੀ ਕੁਛ ਵਿੱਚੋਂ ਆਉਂਦੀਆਂ ਨੇ ਵੀ ਮੈਨੂੰ ਅਸੀਂ ਉਹ ਦੱਸ ਸਕਦੇ ਹਾਂ ਵੀ ਆਹ ਸਾਡਾ ਵਿਹੜਾ, ਸਾਡਾ ਵਿਹੜਾ ਵੀ ਨਹੀਂ ਕਹਿ ਕੇ ਰਹੇ, ਮੇਰਾ ਪਰਿਵਾਰ ਹੈ, ਔਰ ਅਸੀਂ ਪਰਿਵਾਰ ਵੀ ਅੱਜ ਤੱਕ ਰਹੇ ਹਾਂ, ਅਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ, ਅਤੇ ਸਾਡੇ ਭਰਾ ਵੀ ਹੈ, ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਨੂੰ ਦੱਸੋ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਦੇ, ਤਾਂ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਸਕੇ ਸਕਦੇ ਹਾਂ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਮੇਰਾ ਖਿਆਲ ਹੈ ਕਿਤੇ ਨਹੀਂ ਹੋਣਾ, ਕਿਉਂਕਿ ਅਸੀਂ ਸਾਰੇ ਹੀ ਧੁਰੋਂ ਪਿਛਲੇ ਪਿੰਡਾਂ ਤੋਂ ਵੱਸਦੇ, 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ, ਤਾਂ ਸਾਡੇ 'ਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚ ਸਕਿਆ ਵੀ ਕਦੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ, ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਤੋਂ ਇਕੱਠੇ ਹੋਏ ਹਾਂ, ਔਰ ਤੁਸੀਂ ਅੱਜ ਅਕਾਲ ਪੁਰਖ ਦੀ ਉਸ ਰਹਿਮਤ ਦਾ, ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਿਕਾਰ ਕੀਤਾ, ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਵੀ ਸਿੱਧੂ ਨੂੰ ਅਸੀਂ ਕੇਵਲ ਜਨਮ ਦੇਣ ਵਾਲੇ ਹਾਂ, ਬੱਚਾ ਤੁਹਾਡਾ ਵੀ ਹੋ ਗਿਆ, ਔਰ ਤੁਹਾਡਾ ਵੀ ਹੱਕ ਉੱਤੇ ਹੋਣਾ ਹੀ ਹੈ, ਤਾਂ ਤੁਸੀਂ ਅੱਜ ਇਸ ਗੱਲ ਨੂੰ ਸਾਬਤ ਕੀਤਾ, ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਅਦਾ ਕਰਾਂ, ਮੇਰਾ ਮਨ ਮੇਰਾ ਗੱਲ ਭਰ ਉਹ ਮੈਂ ਤੁਹਾਨੂੰ, ਔਰ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ, ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਹੈ, ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨੁਮਾਇੰਦਾ ਉੱਥੇ ਆਵੇ, ਸਾਡਾ ਕੋਈ ਬੱਚਾ ਉੱਥੇ ਵਸੇ ਆ ਕੇ, ਤਾਂ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ 'ਤੇ ਮਨਜ਼ੂਰ ਹੋਈਆਂ, ਤਾਂ ਆਪਾਂ ਜ਼ਿਆਦਾ ਹੋ ਹੱਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰ ਦੋਸਤੋ ਭਾਗੇ ਗੱਲਬਾਤ ਸੁਣਦੇ ਹਾਂ ਪਰਿਵਾਰ ਦੇ ਹੋਰ ਜਿਹੜੇ ਨੇੜਲੇ ਮੈਂਬਰ ਨੇ, ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਨਿੰਮੋ ਬੰਨਣ ਨੂੰ ਲੈ ਕੇ ਗੱਲਬਾਤ ਕੀਤੀ ਹੈ, ਉਹਨਾਂ ਦੇ ਨਾਲ ਵੀ ਹੋਈ ਗੱਲਬਾਤ ਸੁਣਾ ਦਿੰਦੇ ਹਾਂ, ਉਸ ਤੋਂ ਬਾਅਦ ਅੱਗੇ ਵਧਦੇ ਹਾਂ।
ਸਾਰੇ ਪਿੰਡ ਜਿਹੜੇ ਮੈਂ ਮੰਨਿਆ ਖੁਸ਼ੀ ਦਾ ਮੌਕਾ, ਕੀ ਕਹਿਣਾ ਚਾਹੁੰਦੇ ਆ ਜੀ ਗੁਰੂ ਘਰ ਆਏ ਹੋ? ਬਸ ਖੁਸ਼ੀ ਤਾਂ ਇਹ ਹੈ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਅਤੇ ਮਾਤਾ ਚਰਨ ਕੌਰ ਦੇ ਘਰ ਅਸੀਂ ਆਈਆਂ ਨੇ। ਉਹਦੀ ਖੁਸ਼ੀ ਮੁਤਾਬਕ ਪੰਜਾਬੀ ਰੀਤੀ ਰਿਵਾਜ਼ਾਂ ਮੁਤਾਬਕ ਅਸੀਂ ਅੱਜ ਛੋਟੇ ਸਿੰਘ ਦਾ ਨਿਵਾ ਮੰਨਿਆ ਜੀ। ਗੁਰੂ ਘਰ ਦਾ ਲੋਟ ਆਸਰਾ ਲੈਂਦੇ ਹੋਏ ਸਲਾਨਾ ਕੀਤਾ, ਅਸੀਂ ਵਾਹਿਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸਿੱਧਾ ਨਵਾਂ ਆਇਆ ਤਾਂ ਉਹਦੇ ਆ ਜਿਹੜੀ ਆਵਾਜ਼ ਹੈ ਅਤੇ ਪਿਤਾ ਦੇ ਸੰਸਕਾਰ ਆ ਮਾਪਿਓ ਦੇ ਪਹਿਲਾਂ ਵਾਲੇ ਲੈ ਕੇ ਆਵੇ, ਇਹ ਪਰਮਾਤਮਾ ਦੀ ਅਰਦਾਸ ਕੀਤੀ ਵੀ ਅੱਜ ਪਹਿਲਾਂ ਵਾਲੀ ਉਹ ਸਾਰੇ ਸੰਸਕਾਰ ਪਹਿਲਾਂ ਵਾਲੀ ਆਵਾਜ਼ ਲੈ ਕੇ ਆਵੇ ਅਤੇ ਸਾਡੇ ਪਿੰਡ ਦਾ ਨਾਮ ਬੈਲਬੋਰਡ 'ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ, ਇਹ ਅਰਦਾਸ ਕੀਤੀ ਹੈ ਜੀ। ਪਹਿਲੀ ਵਾਰ ਦੇਖਿਆ ਕਿਸੇ ਬੱਚੇ ਦੀ ਖੁਸ਼ੀ ਪੂਰੇ ਪਿੰਡ ਦੇ ਵਿੱਚ? ਨਹੀਂ ਪੂਰੇ ਪਿੰਡ 'ਚ ਨਹੀਂ ਜੀ, ਪੂਰੀ ਦੁਨੀਆਂ 'ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ, ਕਿਉਂਕਿ ਆਹ ਮੈਨੂੰ ਲੱਗਦਾ ਵੀ 25ਵਾਂ 26ਵਾਂ ਸੀ ਮਤਲਬ ਨਿੰਮ ਬਣ ਰਿਹਾ, ਪੱਤੀਆਂ ਦੇ ਪੱਤੀ ਵਾਜ ਬਣ ਰਹੇ ਆ, ਗਲੀ ਮਹੱਲੇ ਵਾਜ ਬਣ ਰਹੇ ਆ, ਅੱਜ ਸਾਰਾ ਵਿਹੜੇ ਨਿਵਾਸੀਆਂ ਨੇ ਇਕੱਠਾ ਹੋ ਕੇ ਨਾਨਕ ਨਿਵਾਸ ਗੁਰੂ ਘਰ ਬੰਨਿਆ ਤਾਂ ਕਿ ਸਿੱਧੂ ਸਾਹਿਬ ਵੀ ਇੱਥੇ ਮੱਥੇ ਟਿਕਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ, ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀ ਆਉਣ ਤਾਂ ਉਹ ਆਈਆਂ, ਉਹਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬ ਦਾ ਸਕਰਾਨਾ ਕੀਤਾ ਜੀ ਅੱਜ। ਤਾਂ ਦੋਸਤੋ ਤੁਸੀਂ ਨੇ ਪੂਰੀ ਵੀਡੀਓ ਦੇਖੀ, ਬਾਪੂ ਜੀ ਹੋਰਾਂ ਦੀ ਗੱਲਬਾਤ ਵੀ ਸੁਣੀ, ਬਾਪੂ ਜੀ ਨੇ ਕਈ ਗੱਲਾਂ ਤਰਕ ਦੇ ਨਾਲ ਇੱਥੇ ਕਹੀਆਂ, ਨਾਲ ਹੀ ਤੁਸੀਂ ਨੇ ਪਾਲੀ ਦੀ ਗੱਲਬਾਤ ਸੁਣੀ ਕਿ ਆਖਰ ਪਾਲੀ ਨੇ ਵੀ ਪਿੰਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਤਾਂ ਦੋਸਤੋ ਤੁਸੀਂ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ, ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ, ਨਾਲ ਹੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਦੇ ਨਾਲ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਹੋਰ ਛੋਟੀਆਂ ਵੱਡੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ। ਧੰਨਵਾਦ, ਰੱਬ ਰਾਖਾ। ਵੀਰੋ, ਸਿੱਧੂ ਮੂਸੇਵਾਲੇ ਦੇ ਬਾਪੂ ਬਲਕੌਰ ਸਿੰਘ ਸਿੱਧੂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਹੁਣ ਉਹਨਾਂ ਨੂੰ ਹਰ ਕਿਸੇ ਤੋਂ ਚੁਕੰਨੇ ਰਹਿਣਾ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਪਹਿਲੇ ਸਿੱਧੂ ਬੜਾ ਭੋਲਾ ਭਾਲਾ ਸੀ, ਸਿੱਧਾ ਸੀ, ਹਰ ਕਿਸੇ ਤਬਾਹ ਕਰ ਲੈਂਦਾ ਸੀ, ਕਿਕੜੇ ਨੇ ਵੇਖੋ ਉਹਨਾਂ ਦੇ ਨਾਲ ਤਸਵੀਰ ਖਿਚਾਈ ਹੈ ਫਿਰ ਉਹਦੀ ਮੁਕਬਰੀ ਕੀਤੀ ਹੈ। ਵੀਰੋ, ਕਦੀ ਵੀ ਤੁਹਾਨੂੰ ਕੋਈ ਬੰਦਾ ਨੁਕਸਾਨ ਨਹੀਂ ਪਹੁੰਚਾ ਸਕਦਾ। ਜਿੰਨੀ ਦੇਰ ਤੱਕ ਆਪਣਾ ਕੋਈ ਘਰ ਦਾ ਭੇਤੀ ਬੰਦਾ ਬਾਹਰ ਤੁਹਾਡੀ ਤਲਾਹ ਨਾ ਦੇਵੇ, ਤੁਹਾਡੀ ਜਸੂਸੀ ਨਾ ਕਰੇ, ਇਸ ਕਰਕੇ ਆਪਣਿਆਂ ਤੋਂ ਹਮੇਸ਼ਾ ਹੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਵੈ, ਬਚ ਕੇ ਰਹਿਣਾ ਚਾਹੀਦਾ ਵੈ। ਜਦੋਂ ਤੁਹਾਡੇ ਆਪਣੇ ਮੁਖਲਸ ਹੋਣਗੇ ਤੁਹਾਡੇ ਨਾਲ ਤਾਂ ਕੋਈ ਬੰਦਾ ਤੁਹਾਨੂੰ ਬਾਹਰ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ। ਆਪਣੇ ਹੀ ਬਾਹਰ ਕਮਜ਼ੋਰੀਆਂ ਦੱਸਦੇ ਆ, ਆਪਣੇ ਹੀ ਬਾਹਰ ਲੋਕਾਂ ਨੂੰ ਹਮਲਾ ਕਰਨ ਦਾ ਮੌਕਾ ਦਿੰਦੇ ਆ। ਅਤੇ ਵੀਰੋ, ਸਾਡੀ ਤਾਂ ਇਹੀ ਦੁਆਵ ਹੈ ਕਿ ਜਿਹੜਾ ਛੋਟਾ ਸ਼ੁਭਦੀਪ ਹੈ, ਅੱਲਾ ਪਾਕ ਉਹਨੂੰ ਲੰਬੀ ਸਿਹਤ ਤੰਦਰੁਸਤੀ ਦੇਵੇ ਤਾਂ ਕਿ ਆਪਣੇ ਵਾਲਦੈਨ ਦੀ ਅੱਖਾਂ ਦਾ ਠੰਡਕ ਬਣੇ, ਉਹਨਾਂ ਨੂੰ ਰਾਹਤ ਅਤੇ ਸਕੂਨ ਪਹੁੰਚਾਵੇ। ਵੀਰੋ, ਤੁਹਾਡਾ ਅੱਜ ਦੀ ਵੀਡੀਓ ਦੇ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।